सत श्री अकाल जी, तुसीं देख रहे हो लिबरल टीवी पंजाबी, लोकां दी आवाज़ लोकां लई। मैं हाँ करण हांडा। भारत विच होण वालियां ने पंज राज्यां दे विच विधानसभा चोणां। इन्हां विधानसभा चोणां दी आपां गल करांगे तां सब तो पहली वड्डी खबर आ रही है कि पछमी बंगाल दीआं इन्हां चोणां दे विच लड़न वास्ते मिथुन चक्रवर्ती, जो कि बॉलीवुड अदाकार रहे ने, लोकां दे विच जाने माने ने, ਉਹ ਬੀਜੇਪੀ ਵੱਲ ਸ਼ਾਇਦ ਜੁੜਨ ਜਾ ਰਹੇ ਨੇ। ਵੱਡੀ ਖਬਰ ਆ ਰਹੀ ਹੈ ਸਾਹਮਣੇ ਕਿ ਮਿਥੁਨ ਚੱਕਰਵਰਤੀ ਕੱਲ੍ਹ 7 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਸਟੇਜ ਸਾਂਝੀ ਕਰਨਗੇ ਕੋਲਕਾਤਾ ਦੇ ਵਿੱਚ, ਜਿੱਥੇ ਉਹ ਬੀਜੇਪੀ ਜੁਆਇਨ ਕਰ ਸਕਦੇ ਨੇ। ਐਸੇ ਆਸਾਰ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਮਿਥੁਨ ਚੱਕਰਵਰਤੀ ਬੀਜੇਪੀ ਜੁਆਇਨ ਕਰ ਸਕਦੇ ਨੇ ਕੱਲ੍ਹ ਦੇ ਦਿਹਾੜੇ। ਇਹੋ ਜਿਹੀ ਆਸ਼ੰਕਾ ਲਾਈ ਜਾ ਰਹੀ ਹੈ। ਵੱਡੇ ਸੂਤਰਾਂ ਤੋਂ ਇਹ ਖਬਰ ਆਈ ਹੈ ਕਿ ਬੀਜੇਪੀ ਦੇ ਉੱਚ ਅਦਾਰੇ ਦੇ ਨੇਤਾ ਕੱਲ੍ਹ ਮਿਥੁਨ ਚੱਕਰਵਰਤੀ ਨੂੰ ਮਿਲੇ ਸੀ। ਉਸ ਤੋਂ ਬਾਅਦ ਹੁਣ ਆਸ਼ੰਕਾ ਜਿਤਾਈ ਜਾ ਰਹੀ ਹੈ ਕਿ ਮਿਥੁਨ ਚੱਕਰਵਰਤੀ ਬੀਜੇਪੀ ਪਾਰਟੀ ਜੁਆਇਨ ਕਰ ਸਕਦੇ ਨੇ। ਜੇ ਗੱਲ ਕਰੀਏ ਪੱਛਮੀ ਬੰਗਾਲ ਦੀਆਂ ਚੋਣਾਂ ਦੀ, ਤਾਂ ਉੱਥੇ ਤ੍ਰਿਣਮੂਲ ਕਾਂਗਰਸ, ਮਮਤਾ ਬੈਨਰਜੀ ਇਸ ਵੇਲੇ ਮੁੱਖ ਮੰਤਰੀ ਨੇ, ਸੱਤਾਧਾਰੀ ਪਾਰਟੀ ਹੈ ਉਹਨਾਂ ਦੀ, ਪਰ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਲਗਾਤਾਰ ਜਿਹੜੀ ਹੈ ਟਕਰਾਵ ਬਣਿਆ ਹੋਇਆ। ਤੁਹਾਨੂੰ ਦੱਸ ਦਈਏ ਕਿ ਦੋਵਾਂ ਪਾਰਟੀਆਂ ਦੇ ਵਿੱਚ ਵੱਧ ਤੋਂ ਵੱਧ ਬਾਲੀਵੁੱਡ ਅਦਾਕਾਰ ਅਤੇ ਪੱਛਮੀ ਬੰਗਾਲ ਦੇ ਫਿਲਮੀ ਇੰਡਸਟਰੀ ਦੇ ਸਿਤਾਰੇ ਆਪਣੇ ਵੱਲ ਖਿੱਚਣ ਦੀ ਹੋੜ ਲੱਗੀ ਹੋਈ ਹੈ। ਜੇ ਗੱਲ ਕਰੀਏ ਬੀਜੇਪੀ ਦੀ, ਤਾਂ ਯਸ਼ ਦਾਸ ਗੁਪਤਾ ਅਤੇ ਹਿਰੋਨ ਚੈਟਰਜੀ ਵਰਗੇ ਪੱਛਮੀ ਬੰਗਾਲ ਦੇ ਫਿਲਮੀ ਚਿਹਰੇ ਬੀਜੇਪੀ ਪਾਰਟੀ ਵੱਲੋਂ ਇਹ ਚੋਣਾਂ ਲੜ ਰਹੇ ਨੇ। ਉੱਥੇ ਜੇ ਤ੍ਰਿਣਮੂਲ ਕਾਂਗਰਸ ਦੀ ਗੱਲ ਕਰੀਏ ਤਾਂ ਸਯੋਨੀ ਘੋਸ਼ ਅਤੇ ਸਯੰਤਿਕਾ ਬੈਨਰਜੀ TMC ਵੱਲੋਂ ਇਹ ਚੋਣਾਂ ਲੜਨਗੇ। ਵਿਧਾਨ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਇਹ ਪੱਛਮੀ ਬੰਗਾਲ ਦੇ ਫਿਲਮੀ ਚਿਹਰੇ ਉਤਰਨਗੇ। ਪਰ ਗੱਲ ਕਰੀਏ ਜੇ ਮਿਥੁਨ ਚੱਕਰਵਰਤੀ ਦੀ, ਜਿਹਨਾਂ ਦਾ ਹੁਣ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਬੀਜੇਪੀ ਪਾਰਟੀ ਉਹ ਜੁਆਇਨ ਕਰ ਸਕਦੇ ਨੇ, ਤਾਂ ਉਹਨਾਂ ਦਾ ਜੇ ਇਤਿਹਾਸ ਖੋਲ੍ਹ ਕੇ ਵੇਖਿਆ ਜਾਵੇ ਪੋਲੀਟੀਕਲ, ਤਾਂ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਇੱਕ ਮੈਂਬਰ ਰਹੇ ਨੇ, ਰਾਜ ਸਭਾ MP ਵੀ ਰਹੇ ਨੇ TMC ਪਾਰਟੀ ਵੱਲੋਂ। ਤੁਹਾਨੂੰ ਦੱਸ ਦਈਏ ਕਿ ਮਮਤਾ ਬੈਨਰਜੀ ਨੇ ਖੁਦ ਮਿਥੁਨ ਚੱਕਰਵਰਤੀ ਨੂੰ ਨੋਮੀਨੇਟ ਕੀਤਾ ਸੀ ਰਾਜ ਸਭਾ ਦੀ MP ਦੀ ਸੀਟ ਵਾਸਤੇ। MP ਦੀ ਸੀਟ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ ਰਿਜ਼ਾਈਨ ਕਰ ਦਿੱਤਾ ਸੀ ਆਪਣੇ ਅਹੁਦੇ ਤੋਂ। ਉਹਨਾਂ ਦਾ ਕਹਿਣਾ ਸੀ ਕਿ ਸਿਹਤ ਕਾਰਨਾਂ ਕਰਕੇ ਉਹ ਇਸ ਅਹੁਦੇ ਤੋਂ ਰਿਜ਼ਾਈਨ ਕਰ ਰਹੇ ਨੇ। ਪਰ ਅਕਸਰ ਹੀ ਵੇਖਿਆ ਜਾਂਦਾ ਸੀ ਕਿ ਮਿਥੁਨ ਚੱਕਰਵਰਤੀ ਜੋ ਵੀ ਬਿਆਨਬਾਜ਼ੀ ਕਰਦੇ ਸੀ ਤਾਂ ਉਹ ਬੀਜੇਪੀ ਦੇ ਪੱਖ ਵਿੱਚ ਆਉਂਦੀ ਨਜ਼ਰ ਆਉਂਦੀ ਸੀ। ਸੋ ਹੁਣ ਫਿਰ ਤੋਂ ਇੱਕ ਵਾਰੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਮਿਥੁਨ ਚੱਕਰਵਰਤੀ ਇੱਕ ਵਾਰ ਫਿਰ ਤੋਂ ਪੋਲੀਟੀਕਲ ਮੈਦਾਨ ਦੇ ਵਿੱਚ ਉਤਰਨਗੇ, ਸਿਆਸਤ ਦੇ ਵਿੱਚ ਉਤਰਨਗੇ, ਪੈਰ ਰੱਖਣ ਲੱਗੇ ਨੇ, ਤਾਂ ਇਸ ਵਾਰੀ ਬੀਜੇਪੀ ਦਾ ਪੱਲਾ ਫੜ ਸਕਦੇ ਨੇ ਮਿਥੁਨ ਚੱਕਰਵਰਤੀ। ਐਸੀ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ, ਇਹ ਖਬਰ ਜੋ ਕਿ ਹੈ ਸਾਹਮਣੇ ਆ ਰਹੀ ਹੈ ਲੋਕਾਂ ਤੱਕ, ਅਸੀਂ ਪਹੁੰਚਾ ਰਹੇ ਹਾਂ ਮਿਥੁਨ ਚੱਕਰਵਰਤੀ ਕਰ ਸਕਦੇ ਨੇ ਬੀਜੇਪੀ ਪਾਰਟੀ ਨੂੰ ਜੁਆਇਨ, ਤ੍ਰਿਣਮੂਲ ਕਾਂਗਰਸ ਦੇ ਖਿਲਾਫ ਚੋਣਾਂ ਲੜ ਸਕਦੇ ਨੇ ਪੱਛਮੀ ਬੰਗਾਲ ਦੇ ਵਿੱਚ ਹੋਣ ਵਾਲੀਆਂ ਨੇ ਵਿਧਾਨ ਸਭਾ ਚੋਣਾਂ। ਸੋ ਵੱਡੀ ਖਬਰ ਇਸ ਵੇਲੇ ਦੀ ਕਿ ਬੀਜੇਪੀ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਇਸ ਵੇਲੇ ਕਾਂਗਰਸ ਨੂੰ ਟੱਕਰ ਦੇਣ ਵਾਸਤੇ, TMC ਨੂੰ ਟੱਕਰ ਦੇਣ ਵਾਸਤੇ ਪੱਛਮੀ ਬੰਗਾਲ ਦੇ ਵਿੱਚ। ਨਵਾਂ ਚਿਹਰਾ ਮਿਥੁਨ ਚੱਕਰਵਰਤੀ ਬੀਜੇਪੀ ਦਾ ਹੋ ਸਕਦੇ ਨੇ ਪੱਛਮੀ ਬੰਗਾਲ ਦੇ ਵਿੱਚ। ਉੱਧਰ ਹੀ ਮਮਤਾ ਬੈਨਰਜੀ ਦੀ ਗੱਲ ਕਰੀਏ ਤਾਂ ਉਹ ਵੀ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਕੁੱਦੇ ਹੋਏ ਨੇ, ਪੂਰੇ ਜ਼ੋਰ ਨਾਲ ਪ੍ਰਚਾਰ ਕਰਨ ਲੱਗੇ ਹੋਏ ਸੀ। ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ 49% ਵੋਟਰ ਜਿਹੜੇ ਨੇ ਉਹ ਮਹਿਲਾ ਨੇ, ਔਰਤਾਂ ਨੇ। ਸੋ ਇਸ 'ਤੇ ਚੱਲਦਿਆਂ ਹੀ ਇਹ ਵੀ ਆਸ਼ੰਕਾ ਜਿਤਾਈ ਜਾ ਰਹੀ ਹੈ ਕਿ TMC ਵੱਲੋਂ ਵੱਧ ਤੋਂ ਵੱਧ ਕੈਂਡੀਡੇਟ ਜਿਹੜੇ ਨੇ ਉਹ ਮਹਿਲਾ ਹੋਣਗੀਆਂ, ਫੀਮੇਲ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰੇ ਜਾਣਗੇ। ਉੱਧਰ ਹੀ ਇੱਕ ਟ੍ਰੈਂਡ ਤਾਂ ਇਹ ਚੱਲ ਹੀ ਰਿਹਾ ਹੈ ਕਿ ਬਾਲੀਵੁੱਡ ਸੈਲੀਬ੍ਰਿਟੀਜ਼ ਅਤੇ ਪੱਛਮੀ ਬੰਗਾਲ ਦੇ ਫਿਲਮੀ ਅਦਾਕਾਰਾਂ ਨੂੰ ਪਾਰਟੀਆਂ ਆਪਣੇ ਵੱਲ ਰੁਝਾਨ ਕਰ ਰਹੀਆਂ ਨੇ, ਵੱਧ ਤੋਂ ਵੱਧ ਉਹਨਾਂ ਨੂੰ ਚੋਣਾਂ ਦੇ ਵਿੱਚ ਖੜ੍ਹੇ ਕਰ ਰਹੀਆਂ ਨੇ। ਇਸੇ ਰੁਝਾਨ ਦੇ ਚੱਲਦਿਆਂ ਮਿਥੁਨ ਚੱਕਰਵਰਤੀ ਬੀਜੇਪੀ ਜੁਆਇਨ ਕਰ ਸਕਦੇ ਨੇ ਕੱਲ੍ਹ 7 ਤਰੀਕ ਨੂੰ ਨਰਿੰਦਰ ਮੋਦੀ ਜੀ ਦੇ ਨਾਲ, ਪ੍ਰਧਾਨ ਮੰਤਰੀ ਦੇ ਨਾਲ ਇੱਕ ਸਟੇਜ ਸਾਂਝੀ ਕਰਨਗੇ, ਜਿੱਥੇ ਉਹ ਬੀਜੇਪੀ ਪਾਰਟੀ ਜੁਆਇਨ ਕਰ ਸਕਦੇ ਨੇ। ਸੋ ਤੁਸੀਂ ਦਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਕਿ ਮਿਥੁਨ ਚੱਕਰਵਰਤੀ ਦੇ ਬੀਜੇਪੀ ਜੁਆਇਨ ਕਰਨ ਦੇ ਨਾਲ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਦਾ ਚੋਣਾਂ ਦਾ ਝੁਕਾਵ ਬੀਜੇਪੀ ਵੱਲ ਹੋਵੇਗਾ। ਮਿਥੁਨ ਚੱਕਰਵਰਤੀ ਇੱਕ ਲੋਕਾਂ ਦੇ ਜਾਣੇ ਮਾਣੇ ਚਿਹਰੇ ਨੇ, ਕੀ ਬੀਜੇਪੀ ਇਸ ਦੇ ਚੱਲਦਿਆਂ ਵੋਟਾਂ ਖਿੱਚਣ ਦੇ ਵਿੱਚ ਕਾਮਯਾਬ ਰਹੇਗੀ? ਤ੍ਰਿਣਮੂਲ ਕਾਂਗਰਸ ਨੂੰ ਝਟਕਾ ਲੱਗ ਸਕਦਾ ਮਿਥੁਨ ਦੇ ਬੀਜੇਪੀ ਵਿੱਚ ਆਉਣ ਨਾਲ ਕਿ ਨਹੀਂ? ਤੁਸੀਂ ਦਿਓ ਆਪਣੇ ਵਿਚਾਰ ਕਿ ਕਿਹਨਾਂ ਆਧਾਰਾਂ ਦੇ ਉੱਤੇ ਮਿਥੁਨ ਚੱਕਰਵਰਤੀ ਨੇ ਬੀਜੇਪੀ ਪਾਰਟੀ ਦੇ ਵਿੱਚ ਜਾਣ ਦਾ ਵਿਚਾਰ ਬਣਾਇਆ ਹੋਵੇਗਾ? ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸੇ ਤਰ੍ਹਾਂ ਦੇਖਦੇ ਰਹੋ ਲਿਬਰਲ TV ਪੰਜਾਬੀ, ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਧੰਨਵਾਦ।